रफलाना आशकी वे तीजे दिन नवी लाइना दस ऐसा खास की वे जगा दिती है जे आउंदी मिठी है ते लाई जे राज आउंदा तेरा यार नी ਜਿਹੜਾ ਮੇਰੇ ਕੋਲੇ ਉੱਚ ਦਸ ਪੈਂਦੀਆਂ ਸਾਰਾ ਰੱਖ ਮੈਂ ਨਮਾ ਸਾਧ ਬੋਲੀਏ Alexa, 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 can you play Lover by Diljit Dosanjh? I couldn't find Lover by Diljit Dosanjh. What the heck? Other music by Alexa, Dosanjh. Alexa, I know, ਤੇਰਾ ਮੇਰੇ ਨਾਲ ਪੰਗਾ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਪੰਜਾਬੀ ਸਿੰਗਰ ਤੇ ਪੰਜਾਬ ਦੀਆਂ ਦੋ ਤਿੰਨ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ। ਸ਼ੁਰੂਆਤ ਕਰਦੇ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਹੀ। ਸਿੱਧੂ ਮੂਸੇਵਾਲਾ ਤੇ ਬਾਰਬੀ ਮਾਂ ਦਾ ਮੂੰਹ ਗਾਣਾ, ਜੋ ਕਿ ਦੋਸਤੋ ਗੋਲਡ ਮੀਡੀਆ ਦੇ ਅਫੀਸ਼ੀਅਲ ਯੂਟਿਊਬ ਚੈਨਲ ਤੇ ਰਿਲੀਜ਼ ਹੋ ਚੁੱਕਾ ਹੈ। ਰੋਮਾਂਟਿਕ ਗਾਣਾ ਹੈ, ਥੋੜੇ ਟਾਈਮ ਵਿੱਚ ਚੰਗੇ ਵਿਊਜ਼ ਵੀ ਆ ਗਏ ਹਨ। ਇਸ ਦਾ ਦੋਸਤੋ ਅਸੀਂ ਡਿਟੇਲ ਵਿੱਚ ਬਾਅਦ ਵਿੱਚ ਜ਼ਿਕਰ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਦੋ ਭਰਾ ਨੇ ਸਨੈਪਚੈਟ ਅਕਾਊਂਟ ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ। ਆਪਣੇ ਹੀ ਕੁਝ ਕਰੀਬੀ ਦੋਸਤ ਮਿੱਤਰ ਜੋ ਹੁਣ ਵਿਰੋਧੀਆਂ ਵਿੱਚ ਤਬਦੀਲ ਹੋ ਚੁੱਕੇ ਹਨ, ਉਹਨਾਂ ਨੂੰ ਰਿਪਲਾਈ ਕੀਤਾ ਹੈ। ਸੋਸ਼ਲ ਮੀਡੀਆ ਤੇ ਵਿਦਵਾਨ ਦੋਸਤੋ ਇਹ ਵੀ ਕਹਿ ਰਹੇ ਹਨ ਕਿ ਇਹ ਸ਼ਬਦ ਸਿੱਧੂ ਮੂਸੇਵਾਲਾ ਨੇ ਸ਼ਾਇਦ ਟਾਰਗੇਟ ਕੀਤੇ ਹਨ ਬਿਗ ਬਰਡ ਸਨੀ ਮਲਟਨ ਜਾਂ ਪ੍ਰੇਮ ਢਿੱਲੋਂ ਨੂੰ। ਪਹਿਲਾਂ ਦੋਸਤੋ ਤੁਸੀਂ ਇਹ ਪੋਸਟ ਦੇਖ ਲਵੋ। ਮੇਰੀ ਉਂਗਲ ਫੜ ਕੇ ਤੁਰਨਾ ਤਾਂ ਸਿੱਖ ਲਿਆ ਤੂੰ, ਪਰ ਦੌੜਨ ਤੇ ਵੱਜਣ ਵਿਚਾਲੇ ਕੀ ਫਰਕ ਹੁੰਦਾ ਤੈਨੂੰ ਅਜੇ ਵੀ ਸਮਝ ਨਹੀਂ ਆਇਆ? ਦੋਗਲੇ। ਸੋ ਦੋਸਤੋ, ਦੋਗਲੇ ਸ਼ਬਦ ਤਾਂ ਆਪਾਂ ਉਹਨਾਂ ਲੋਕਾਂ ਲਈ ਹੀ ਵਰਤਦੇ ਹਾਂ ਜਿਹੜੇ ਕਿ ਆਪਣੇ ਕਰੀਬੀ ਦੋਸਤ ਮਿੱਤਰ ਹੋਣ ਪਰ ਬਾਅਦ ਵਿੱਚ ਵਿਰੋਧੀਆਂ ਨਾਲ ਜਾ ਮਿਲਣ ਜਾਂ ਵਿਰੋਧੀ ਹੀ ਬਣ ਜਾਣ। ਪ੍ਰੇਮ ਢਿੱਲੋਂ ਨਾਲ ਦੋਸਤੋ ਇਸ ਸ਼ਬਦ ਨੂੰ ਇਸ ਕਰਕੇ ਜੋੜਿਆ ਗਿਆ ਕਿਉਂਕਿ ਬਿੱਗ ਬੜ ਨਾਲ ਉਹ ਲਾਈਵ ਸ਼ੋਅ ਲਗਾਉਂਦਾ ਨਜ਼ਰ ਆ ਰਿਹਾ ਹੈ। ਸਾਨੂੰ ਵੈਸੇ ਦੋਸਤੋ ਲੱਗ ਨਹੀਂ ਰਿਹਾ ਕਿ ਸਿੱਧੂ ਮੂਸੇਵਾਲਾ ਨੇ ਇਹ ਗੱਲਾਂ ਇਹਨਾਂ ਨੂੰ ਟਾਰਗੇਟ ਕਰਦੇ ਹੋਏ ਕਹੀਆਂ ਹੋਣਗੀਆਂ। ਤੇ ਰਹੀ ਗੱਲ ਪ੍ਰੇਮ ਢਿੱਲੋਂ ਦੀ, ਇਹ ਦੋਸਤੋ ਇੱਕ ਟਰਨਿੰਗ ਪੁਆਇੰਟ ਵੀ ਹੋ ਸਕਦਾ ਹੈ ਕਿ ਬ੍ਰਾਊਨ ਬੋਇਜ਼ ਟੀਮ ਰੀਯੂਨੀਅਨ ਹੋ ਜਾਵੇ, ਕਿਉਂਕਿ ਦੋਸਤੋ ਪ੍ਰੇਮ ਢਿੱਲੋਂ ਦੀ ਅਸਲ ਪਹਿਚਾਣ ਹੀ ਸਿੱਧੂ ਮੂਸੇਵਾਲੇ ਕਰਕੇ ਹੋਈ ਸੀ। ਬਿੱਗ ਬੜ ਨਾਲ ਵੀ ਦੋਸਤੋ ਸੇਮ ਹੀ ਹਾਦਸਾ ਹੈ। ਇੱਥੇ ਟਰਨਿੰਗ ਪੁਆਇੰਟ ਇਹ ਹੈ ਕਿ ਪ੍ਰੇਮ ਢਿੱਲੋਂ ਤੇ ਬਿੱਗ ਬੜ ਜਦੋਂ ਇਕੱਠੇ ਹੋਣਗੇ ਤਾਂ ਸੁਭਾਵਕ ਗੱਲ ਹੈ ਸਿੱਧੂ ਮੂਸੇਵਾਲੇ ਦਾ ਜ਼ਿਕਰ ਹੋਵੇਗਾ ਹੀ ਹੋਵੇਗਾ। ਸ਼ਾਇਦ ਹੋ ਵੀ ਸਕਦਾ ਹੈ ਕਿ ਪ੍ਰੇਮ ਢਿੱਲੋਂ ਬਿੱਗ ਬੜ ਤੇ ਸਿੱਧੂ ਮੂਸੇਵਾਲੇ ਵਿਚਕਾਰ ਸਮਝੌਤਾ ਵੀ ਕਰਾ ਦੇਵੇ। ਸੋ ਦੋਸਤੋ, ਪੋਜ਼ਿਟਿਵ ਥਿੰਕਿੰਗ ਆਪਾਂ ਨੂੰ ਰੱਖਣੀ ਚਾਹੀਦੀ ਹੈ, ਫਿਊਚਰ ਵਿੱਚ ਕੁਝ ਵੀ ਹੋ ਸਕਦਾ ਹੈ। ਤੇ ਦੋਸਤੋ, ਇੱਥੇ ਹੁਣ ਅਸੀਂ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦਾ ਬੜਾ ਹੀ ਅਹਿਮ ਜ਼ਿਕਰ ਕਰਨ ਵਾਲੇ ਹਾਂ। ਹਾਲਾਂਕਿ ਉਸਨੇ ਜੋ ਕਿਸਾਨੀ ਵਿਰੋਧੀ ਬਿਆਨ ਦਿੱਤਾ ਉਸ ਕਰਕੇ ਅਸੀਂ ਹਲੇ ਵੀ ਉਸਦੀ ਵਿਰੋਧਤਾ ਕਰਦੇ ਹਾਂ, ਪਰ ਉਸ ਵਿਸ਼ੇ ਤੋਂ ਹਟ ਕੇ ਇੱਥੇ ਦੋਸਤੋ ਥੋੜੀ ਜਿਹੀ ਗੱਲ ਸੀ। ਉਹ ਇੱਕ ਵਾਰ ਫਿਰ ਸਿੱਧੂ ਮੂਸੇਵਾਲੇ ਦਾ ਗਾਣਾ ਆਪਣੀ ਰੀਲਸ ਵੀਡੀਓ ਵਿੱਚ ਚਲਾਉਂਦਾ ਨਜ਼ਰ ਆਇਆ। ਵਿਰਾਟ ਕੋਹਲੀ ਦਾ ਦੋਸਤੋ ਜਨਮ ਦਿਨ ਸੀ, ਕੁਝ ਕੁ ਪਿਕਸ ਨੂੰ ਜੋੜ ਕੇ ਉਸਨੇ ਰੀਲਸ ਵੀਡੀਓ ਬਣਾਈ ਤੇ ਹੇਠਾਂ ਸਿੱਧੂ ਮੂਸੇਵਾਲੇ ਦਾ ਲੈਰਿਨ ਗਾਣਾ ਚੱਲ ਰਿਹਾ ਸੀ। ਪਹਿਲਾਂ ਵੀ ਦੋਸਤੋ ਕਈ ਵਾਰ ਯੁਵਰਾਜ ਸਿੰਘ ਸਿੱਧੂ ਮੂਸੇਵਾਲੇ ਬਾਬਤ ਬਿਆਨ ਦੇ ਚੁੱਕਾ ਹੈ, ਕਰੰਟ ਫੇਵਰਿਟ ਆਰਟਿਸਟ ਹੈ ਤੇ ਹੋਰ ਵੀ ਕਾਫੀ ਗੱਲਾਂ। ਇਸ ਬਾਰੇ ਵੀ ਦੋਸਤੋ ਖਾਸ ਤੌਰ ਤੇ ਆਪਣੇ ਬਿਆਨ ਤੁਸੀਂ ਜ਼ਰੂਰ ਦਿਓ। ਤੇ ਆਪਾਂ ਦੋਸਤੋ ਮੂੰਹ ਗਾਣੇ ਦਾ ਜ਼ਿਕਰ ਕਰਦੇ ਹਾਂ, ਰੋਮਾਂਟਿਕ ਗਾਣਾ ਹੈ। ਪਹਿਲਾਂ ਬਹੁਤ ਸਾਰੇ ਲੋਕ ਇਹ ਦਾਵਾ ਕਰ ਰਹੇ ਸਨ ਕਿ ਬੇਸ਼ੱਕ ਰੰਗਰੇਤ ਸਿੱਧੂ ਨੇ ਇਹ ਗਾਣਾ ਲਿਖਿਆ ਹੈ, ਪਰ ਸਿੱਧੂ ਮੂਸੇਵਾਲਾ ਤੇ ਬਾਰਬੀ ਮਾਨ ਦੋਨੋਂ ਹੀ ਇਸ ਗਾਣੇ ਨੂੰ ਗਾ ਰਹੇ ਨੇ। ਪਰ ਦੋਸਤੋ, ਅਸਲ ਵਿੱਚ ਬਾਰਬੀ ਮਾਨ ਹੀ ਇਸ ਗਾਣੇ ਨੂੰ ਗਾਇਆ ਹੈ, ਸਿੱਧੂ ਮੂਸੇਵਾਲਾ ਦੀ ਸਿਰਫ ਤੇ ਸਿਰਫ ਫੀਚਰਿੰਗ ਹੈ। ਬਾਕੀ ਦੋਸਤੋ, ਜਿੱਥੇ ਸਿੱਧੂ ਮੂਸੇਵਾਲਾ ਦਾ ਨਾਮ ਆ ਜਾਏ, ਚਾਹੇ ਉਹ ਕੋਈ ਗਾਣਾ ਹੋਵੇ, ਫਿਲਮ ਹੋਵੇ, ਚਾਹੇ ਕੋਈ ਹੋਰ ਪ੍ਰੋਜੈਕਟ ਹੋਵੇ, ਸੁਪਰ ਡੁਪਰ ਹਿੱਟ ਕੰਮ ਰਹਿ ਹੀ ਜਾਂਦਾ ਹੈ। ਇੱਥੇ ਤਾਂ ਚਲੋ ਫਿਰ ਵੀ ਭਰਾ ਸ਼ਾਮਲ ਹੈ, ਕੰਮ ਦੋਸਤੋ ਸਿਖਰਾਂ ਤੇ ਪਹੁੰਚਿਆ ਹੋਇਆ ਹੈ। ਮੂੰਹ ਗਾਣਾ ਤੁਹਾਨੂੰ ਦੋਸਤੋ ਇਹ ਗਾਣਾ ਕਿੱਦਾਂ ਦਾ ਲੱਗਿਆ? ਤੁਸੀਂ ਵੀ ਦੋਸਤੋ ਦੱਸਿਓ ਇਸ ਬਾਰੇ ਆਪਣੇ ਵਿਚਾਰ, ਆਪਣੇ ਓਪੀਨੀਅਨ ਕਮੈਂਟ ਬਾਕਸ ਵਿੱਚ। ਤੇ ਦੋਸਤੋ, ਇੱਥੇ ਹੁਣ ਅਸੀਂ ਕਰਨ ਔਜਲੇ ਦਾ ਬੜਾ ਹੀ ਅਹਿਮ ਜ਼ਿਕਰ ਕਰਨ ਵਾਲੇ ਹਾਂ। ਭਰਾ ਨੇ ਹਾਲ ਹੀ ਇੱਕ ਸਟੋਰੀ ਸ਼ੇਅਰ ਕੀਤੀ ਹੈ, ਸਾਡੀ ਜ਼ਿੰਦਗੀ ਜਮਾ ਹੀ ਖਾਲੀ, ਜਿੰਦ ਗਮਾਨੇ ਖਾਲੀ, ਕਦੇ ਇੱਕ ਤੇ ਦੀਵੇ ਬਲ ਗਏ, ਕਦੇ ਤਲੀ ਤੇ ਮੂਲ ਵਾਲੀ, ਫੁੱਲ ਚੜੀਆਂ ਅੱਖੀ ਲੱਗੀਆਂ ਤੇ ਅੱਖਾਂ ਦੇ ਵਿੱਚ ਲਾਲੀ, ਤੁਸੀਂ ਤਾਂ ਮਨਾ ਲਈ ਸਾਥੋਂ ਨਹੀਂ ਮੰਨੀ ਦਿਵਾਲੀ, ਔਜਲਾ। ਦੋਸਤੋ, ਇੱਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਪਣੇ ਮਾਤਾ ਪਿਤਾ ਨੂੰ ਮਿਸ ਕਰਿਆ ਹੋਵੇਗਾ ਕਾਰਨ ਔਜਲਾ। ਚਲੋ, ਆਪਣੇ ਫੈਨਾਂ ਵਿੱਚ ਹੀ ਦੋਸਤੋ ਉਹਨਾਂ ਨੂੰ ਦੇਖਦਾ ਹੈ। ਇਸ ਤੋਂ ਇਲਾਵਾ ਦੋਸਤੋ, ਕੁਝ ਕਰੀਬੀ ਦੋਸਤ ਮਿੱਤਰ ਤੇ ਰਿਹਾਨ ਰੈਕਡ ਇਸ ਦੀ ਅਫੀਸ਼ੀਅਲ ਟੀਮ ਇਹ ਜਾਣਕਾਰੀ ਦੇ ਰਹੀ ਹੈ। ਇਟਲੀ ਵਿੱਚ ਦੋਸਤੋ ਘੁੰਮ ਰਹੇ ਸਨ ਕਿ ਅਸੀਂ ਦੋ ਬੈਂਗਰ ਉੱਥੇ ਤਿਆਰ ਕਰ ਲਏ ਹਨ, ਕਦੋਂ ਰਿਲੀਜ਼ ਹੋਣਗੇ, ਕਿਹੜੇ ਗਾਣੇ ਨੇ, ਕਿੱਦਾਂ ਦੇ ਗਾਣੇ ਨੇ, ਇਸ ਬਾਰੇ ਉਹਨਾਂ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਤੇ ਦੇਖਦੇ ਹਾਂ ਫਿਰ ਦੋਸਤੋ ਇਹ ਧਮਾਕਾ ਕਦੋਂ ਰਿਲੀਜ਼ ਹੁੰਦਾ ਹੈ ਤੇ ਕਦੋਂ ਐਲਾਨ ਕਰਦਾ ਹੈ ਕਰਨ ਔਜਲਾ ਇਹਨਾਂ ਗਾਣਿਆਂ ਦਾ। ਤੇ ਦੋਸਤੋ, ਇੱਥੇ ਹੁਣ ਅਸੀਂ ਸਰਗੁਣ ਮਹਿਤਾ ਦਾ ਬੜਾ ਹੀ ਅਹਿਮ ਜ਼ਿਕਰ ਕਰਨ ਵਾਲੇ ਹਾਂ। ਉਸਨੇ ਅਕਸ਼ੇ ਕੁਮਾਰ ਦੀ ਇੱਕ ਸਟੋਰੀ ਸ਼ੇਅਰ ਕੀਤੀ ਪਹਿਲਾ ਸ਼ੋਅ ਦੇ ਦੋਸਤੋ ਦੇਖ ਰਹੀ ਸੀ। ਸੋ ਦੋਸਤੋ, ਵਾਰ ਵਾਰ ਤਾਂ ਅਸੀਂ ਵੀ ਜ਼ਿਕਰ ਕਰਦੇ ਚੰਗੇ ਨਹੀਂ ਲੱਗਦੇ ਅਕਸ਼ੇ ਕੁਮਾਰ ਨਾਲ ਆਪਾਂ ਕੀ ਵਰਤੀਰਾ ਕਰਦੇ ਹਾਂ ਜਾਂ ਕਿਹੋ ਜਿਹੀ ਆਪਣੀ ਮਾਨਸਿਕਤਾ ਹੈ ਉਸ ਪ੍ਰਤੀ ਜਦੋਂ ਦੀ ਉਸਨੇ ਕਿਸਾਨ ਅੰਦੋਲਨ ਦੀ ਵਿਰੋਧਤਾ ਬਾਰੇ ਆਪਣੇ ਬਿਆਨ ਦਿੱਤੇ ਹਨ। ਸਰਗੁਣ ਮਹਿਤਾ ਦੋਸਤੋ ਉਸਦੀ ਇੱਕ ਫਿਲਮ ਵਿੱਚ ਵੀ ਨਜ਼ਰ ਆ ਰਹੀ ਹੈ, ਸ਼ਾਇਦ ਜੈਸ ਕਰਕੇ ਹੀ ਉਹ ਜੋ ਕੱਲ ਫਿਲਮ ਰਿਲੀਜ਼ ਹੋਈ ਹੈ ਉਸਦੀ ਸਪੋਰਟ ਕਰ ਰਹੀ ਹੈ। ਬਿਆਨਬਾਜ਼ੀ ਦੋਸਤੋ ਇਹ ਰਹੀ ਹੈ, ਤੁਸੀਂ ਸੋਸ਼ਲ ਮੀਡੀਆ ਤੇ ਦੇਖ ਹੀ ਸਕਦੇ ਹੋ ਕਿ ਅਸੀਂ ਪੰਜਾਬ ਵਿੱਚ ਇਹ ਫਿਲਮ ਤਾਂ ਪਹਿਲਾਂ ਹੀ ਲੱਗਣ ਨਹੀਂ ਦੇਣੀ, ਪਰ ਦੋਸਤੋ ਕੁਝ ਕੁ ਪੰਜਾਬੀ ਆਰਟਿਸਟ ਜਦੋਂ ਇਸ ਚੀਜ਼ਾਂ ਨੂੰ ਸ਼ੇਅਰ ਕਰਦੇ ਹਨ, ਸਪੋਰਟ ਕਰਦੇ ਹਨ, ਤਾਂ ਕਿਤੇ ਨਾ ਕਿਤੇ ਪੰਜਾਬੀ ਆਡੀਅੰਸ ਤੇ ਬੈਡ ਇਫੈਕਟ ਤਾਂ ਪੈਂਦਾ ਹੀ ਹੈ, ਖਾਸ ਕਰ ਦੋਸਤੋ ਅਕਸ਼ੇ ਕੁਮਾਰ। ਕਿਸਾਨਾਂ ਨੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਨਵੀਂ ਫਿਲਮ ਸੂਰਿਆਵੰਸ਼ੀ ਦਾ ਡਟਵਾਂ ਵਿਰੋਧ ਕੀਤਾ। ਸਾਨੂੰ ਪਤਾ ਲੱਗਾ ਵੀ ਜੇ ਕਿਤੇ ਸ਼ੂਟਿੰਗ ਸਾਡੇ ਪੰਜਾਬ 'ਚ ਹੋਈ, ਉੱਥੇ ਟਰੈਕਟਰ ਟਰਾਲੀਆਂ ਲੈ ਕੇ ਅਸੀਂ ਸਾਰੇ ਉਹਦਾ ਜਾ ਕੇ ਵਿਰੋਧ ਕਰਾਂਗੇ। ਉਹਨਾਂ ਚੇਤਾਵਨੀ ਦਿੱਤੀ ਕਿ ਉਹ ਸੂਰਿਆਵੰਸ਼ੀ ਫਿਲਮ ਨੂੰ ਪੰਜਾਬ ਦੇ ਕਿਸੇ ਵੀ ਸਿਨੇਮਾ ਘਰ ਵਿੱਚ ਰਿਲੀਜ਼ ਨਹੀਂ ਹੋਣ ਦੇਣਗੇ। ਜਿਹੜਾ
ਤੁਸੀਂ ਦੋਸਤੋ ਇਸ ਗੱਲ ਨੂੰ ਕਿੱਦਾਂ ਦੇਖਦੇ ਹੋ? ਦਿੱਲੀ ਗੁਰਦੁਆਰਾ ਸਾਹਿਬ ਆਇਆ ਸੀ ਸ਼ੂਟਿੰਗ ਕਰਨ, ਉੱਥੇ ਵੀ ਦੋਸਤੋ ਉਸਨੂੰ ਭਜਾ ਦਿੱਤਾ ਗਿਆ। ਪੰਜਾਬ ਵਿੱਚ ਆਏ ਸਨ, ਬਾਲੀਵੁੱਡ ਦੇ ਹੋਰ ਬਹੁਤ ਸਾਰੇ ਸਟਾਰੇ ਆਏ ਸਨ, ਪਰ ਉਹਨਾਂ ਨੂੰ ਕਹਿ ਲਈਏ ਨਿਰਾਸ਼ਾ ਦਾ ਹੀ ਸਾਹਮਣਾ ਕਰਨਾ ਪਿਆ। ਸੋ ਦੋਸਤੋ, ਤੁਸੀਂ ਸਰਗੁਣ ਮਹਿਤਾ ਵੱਲੋਂ ਅਕਸ਼ੇ ਕੁਮਾਰ ਨੂੰ ਜੋ ਸਪੋਰਟ ਕੀਤੀ ਜਾ ਰਹੀ ਹੈ, ਉਸ ਨਾਲ ਜੋ ਫਿਲਮਾਂ ਆ ਰਹੀਆਂ ਨੇ, ਇਸ ਬਾਰੇ ਖਾਸ ਤੌਰ ਤੇ ਕਮੈਂਟ ਜ਼ਰੂਰ ਕਰਿਓ। ਤੇ ਦੋਸਤੋ, ਤੇ ਹੁਣ ਅਸੀਂ ਨਿਮਰਤ ਖਹਿਰਾ ਦੀ ਫਿਲਮ ਜੋ ਕਿ ਅਗਲੇ ਮਹੀਨੇ ਰਿਲੀਜ਼ ਹੋ ਜਾਣ ਵਾਲੀ ਹੈ, ਕਿਸਾਨ ਅੰਦੋਲਨ ਤੇ ਹੀ ਆਧਾਰਿਤ ਹੈ, ਕਿਸਾਨੀ ਤੇ ਹੀ ਆਧਾਰਿਤ ਹੈ, ਤੀਜਾ ਪੰਜਾਬ, ਉਸ ਵਿੱਚ ਰਣਜੀਤ ਬਾਬਾ ਵੀ ਸ਼ਾਮਲ ਹੈ। ਇਸ ਫਿਲਮ ਦੇ ਉਸਨੇ ਕਈ ਗਾਣੇ ਗਾਏ ਹਨ। ਇਸ ਫਿਲਮ ਦੇ ਹੀ ਵੀਡੀਓ ਡਾਇਰੈਕਟਰ ਨੇ ਦੋਸਤੋ ਇਹ ਜਾਣਕਾਰੀ ਦਿੱਤੀ ਹੈ ਕਿ ਭਰਾ ਬੜੀ ਹੀ ਬੁਲੰਦ ਆਵਾਜ਼ ਦਾ ਮਾਲਕ ਹੈ ਤੇ ਇਸ ਦੇ ਗਾਣੇ ਤੁਹਾਨੂੰ ਤੀਜਾ ਪੰਜਾਬ ਫਿਲਮ ਵਿੱਚ ਨਜ਼ਰ ਆਉਣਗੇ। ਸੋ ਦੋਸਤੋ, ਇਸ ਕਰਕੇ ਹੀ ਰਣਜੀਤ ਬਾਬਾ ਭਰਾ ਸਪੋਰਟ ਕਰ ਰਿਹਾ ਸੀ ਨਿਮਰਤ ਖਹਿਰਾ ਦੀ ਇਸ ਫਿਲਮ ਤੀਜਾ ਪੰਜਾਬ ਦੀ। ਤੇ ਦੋਸਤੋ, ਤੇ ਹੁਣ ਅਸੀਂ ਵਰਿੰਦਰ ਬਰਾੜ ਦਾ ਬੜਾ ਹੀ ਅਹਿਮ ਜ਼ਿਕਰ ਕਰਨ ਵਾਲੇ ਹਾਂ। ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਦਿਨਾਂ ਤੋਂ ਹੀ ਉਸ ਦੇ ਲਗਭਗ 2 ਗਾਣੇ ਡਿਲੀਟ ਹੋ ਚੁੱਕੇ ਹਨ, ਇੱਕ 12 ਬੰਦੇ ਗਾਣਾ। ਉਸ ਬਾਰੇ ਤਾਂ ਦੋਸਤੋ ਨਸੀਬ ਨੇ ਵੀ ਕਮੈਂਟ ਕੀਤਾ ਸੀ, ਜਿਸ ਕਰਕੇ ਲੋਕ ਇਹੀ ਦਾਅਵਾ ਕਰ ਰਹੇ ਹਨ ਕਿ ਕਿਤੇ ਭਰਾ ਨੇ ਤਾਂ ਹੀ ਨਹੀਂ ਗਾਣਾ ਡਿਲੀਟ ਕਰਵਾ ਦਿੱਤਾ। ਅਸਲ ਵਿੱਚ ਦੋਸਤੋ ਅਜਿਹਾ ਕੁਝ ਵੀ ਨਹੀਂ ਹੈ। ਮਿਊਜ਼ਿਕ ਨੂੰ ਲੈ ਕੇ ਚਲੋ ਥੋੜੀ ਮੋਟੀ ਗੱਲ ਹੋਈ ਸੀ, ਪਰ ਇਸ ਤੋਂ ਇਲਾਵਾ ਦੋਸਤੋ ਮੁੱਛਾਂ ਵਾਲੇ ਗਾਣਾ ਜਦੋਂ ਦਾ ਡਿਲੀਟ ਹੋਇਆ ਹੈ, ਉਸ ਤੋਂ ਬਾਅਦ ਵਰਿੰਦਰ ਬਰਾੜ ਨੇ ਵੀ ਦੋਸਤੋ ਕੋਈ ਵੀ ਸਟੋਰੀ ਤੇ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਨਹੀਂ ਕੀਤੀ। ਹਾਲਾਂਕਿ ਦੋਸਤੋ, ਜਦੋਂ 12 ਬੰਦੇ ਗਾਣਾ ਡਿਲੀਟ ਹੋਇਆ ਸੀ, ਉਸ ਤੋਂ ਬਾਅਦ ਉਸਨੇ ਇਹ ਬਿਆਨ ਦਿੱਤਾ ਸੀ ਕਿ ਆਪਣੇ ਹੀ ਕੁਝ ਕੁ ਪੰਜਾਬੀ ਆਰਟਿਸਟ ਮੇਰੇ ਨਾਲ ਪੋਲਿਟਿਕਸ ਖੇਡ ਰਹੇ ਹਨ, ਪਰ ਮੁੱਛਾਂ ਵਾਲਾ ਗਾਣਾ ਦੋਸਤੋ ਉਸਦੇ ਵੀਡੀਓ ਡਾਇਰੈਕਟਰ ਨੇ ਹੀ ਡਿਲੀਟ ਕਰਵਾ ਦਿੱਤਾ। ਇਥੋਂ ਤੱਕ ਕਿ ਦੋਸਤੋ ਉਸਦੇ ਜੋ ਕਰੀਬੀ ਦੋਸਤ ਮਿੱਤਰ ਹਨ ਵੀਰ ਸੰਧੂ, ਨਸੀਬ ਵੀ ਦੋਸਤੋ ਖਿੱਚੋਤਾਣ ਕਰਦੇ ਨਜ਼ਰ ਆ ਰਹੇ ਹਨ, ਪਰ ਮਾਮਲਾ ਦੋਸਤੋ ਪੂਰੀ ਤਰ੍ਹਾਂ ਸਾਹਮਣੇ ਨਹੀਂ ਆ ਰਿਹਾ। ਇੱਕ ਵਾਰ ਫਿਰ ਵਰਿੰਦਰ ਬਰਾੜ ਜੇਕਰ ਲਾਈਵ ਆ ਕੇ ਇਸ ਦਾ ਜ਼ਿਕਰ ਕਰ ਦੇਵੇ ਤਾਂ ਸਾਰੀਆਂ ਦੋਸਤੋ ਪੋਲਾਂ ਖੋਲੀਆਂ ਵੀ ਜਾ ਸਕਦੀਆਂ ਨੇ। ਤੁਸੀਂ ਵੀ ਦੋਸਤੋ ਦੱਸਿਓ ਇਸ ਬਾਰੇ ਖਾਸ ਤੌਰ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ। ਸੋਨਮ ਨੇ ਕੁੰਡਾ ਕੱਢਤਾ, ਭਾਈ ਕੁੰਡਾ ਦੇ ਤੇ ਦੋਸਤੋ ਅਖੀਰ ਤੇ ਅਸੀਂ ਦਲਜੀਤ ਭਰਾ ਦਾ ਬੜਾ ਹੀ ਅਹਿਮ ਜ਼ਿਕਰ ਕਰਨ ਵਾਲੇ ਹਾਂ। ਹੌਸਲਾ ਰੱਖ ਫਿਲਮ ਦਾ ਹੀ ਵਾਰ ਵਾਰ ਜ਼ਿਕਰ ਹੁੰਦਾ ਹੈ ਕਿਉਂਕਿ ਪੂਰੀ ਤੁੱਕੀ ਕੱਢੀ ਹੋਈ ਹੈ ਭਰਾ ਨੇ। ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਦੋਸਤੋ ਪਹਿਲੀ ਫਿਲਮ ਬਣ ਚੁੱਕੀ ਹੈ ਜਿਸ ਨੇ ਕਿ ਇੰਨੇ ਪੈਸੇ ਇੰਨੇ ਘੱਟ ਟਾਈਮ ਵਿੱਚ ਕਮਾਏ ਹਨ। 50 ਕਰੋੜ ਦੀ ਫਿਗਰ ਤਾਂ ਦੋਸਤੋ ਇਸਨੇ ਪਹਿਲਾਂ ਹੀ ਕ੍ਰੋਸ ਕਰ ਲਈ ਸੀ, ਬਸ ਹੁਣ ਅਫੀਸ਼ੀਅਲ ਸਟੇਟਮੈਂਟ ਹੀ ਆਉਣੀ ਬਾਕੀ ਹੈ ਕਿ ਕੈਰੀ ਔਨ ਜੱਟਾ 2 ਦਾ ਵੀ ਇਸਨੇ ਰਿਕਾਰਡ ਤੋੜ ਦਿੱਤਾ। ਇਸ ਤੋਂ ਇਲਾਵਾ ਦੋਸਤੋ ਡਿਲੈਕਸ ਵਰਸ ਜੋ ਮੂਨ ਚਾਈਲਡ ਐਰਾ ਐਲਬਮ ਦਾ ਹੈ, ਉਹ ਵੀ ਰਿਲੀਜ਼ ਬਹੁਤ ਜਲਦੀ ਹੀ ਭਰਾ ਕਰਨ ਵਾਲਾ ਹੈ। ਆਪਣੇ ਲਾਈਵ ਦੌਰਾਨ ਤਾਂ ਦੋਸਤੋ ਭਰਾ ਨੇ ਰਾਜਨ ਅਨਜੋਦ ਤੇ ਇੰਟੈਂਸ ਤੇ ਹੀ ਗੱਲ ਸੈੱਟ ਦਿੱਤੀ ਸੀ, ਪਰ ਉਹ ਦੋਸਤੋ ਕਹਿ ਰਹੇ ਹਨ ਕਿ ਅਸੀਂ ਦਲਜੀਤ ਭਰਾ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕਰਦੇ। ਚਰਚਾ ਦੋਸਤੋ ਕਾਫੀ ਜ਼ਿਆਦਾ ਹੈ, 2-3 ਨਵੇਂ ਗਾਣੇ ਇਸ ਵਿੱਚ ਐਡਿਡ ਹੋਣਗੇ ਮੂਨ ਚਾਈਲਡ ਐਰਾ ਡਿਲੈਕਸ ਵਰਸ ਵਿੱਚ, ਤੇ ਪਹਿਲਾਂ ਵਾਲੇ ਗਾਣਿਆਂ ਦਾ ਕੁਝ ਕੁ ਮਿਊਜ਼ਿਕ ਚੇਂਜ ਵੀ ਹੋ ਸਕਦਾ ਹੈ ਤੇ ਦੇਖਦੇ ਹਾਂ ਮੇਰੇ ਦੋਸਤੋ ਕੀ ਬਣਦਾ ਰੋੜਦਾ। ਇੱਕ ਨਵੇਂ ਗਾਣੇ ਚ ਰੋਲ ਇੰਨਾ ਪਾਇਆ ਕਹਿੰਦਾ ਕਿਸੇ ਨੂੰ ਨਾ ਪਸੰਦ ਐਡੀ ਟਿਊਨ ਜੱਟਦਾ, ਕਿਸੇ ਨੂੰ ਪਸੰਦ ਨਹੀਂ ਉਹ ਖਾਪੀ ਜੱਟੀ, ਨਾਲੇ ਸਾਡੇ ਨਾਮ ਤੋਂ ਆ ਧੂਆ ਮਾਰਦੇ ਨਾਲੇ ਸਾਰੇ ਕਰਦੇ ਆ ਕਾਪੀ ਕਹਦਾ ਕਿਸੇ ਨੂੰ ਯਾਰ ਵਿਰੋਧ ਹੈ ਖਾਪੀ ਮੇਰੀ ਸਟੇਜ ਆ ਮੇਰੇ ਭਰਾ ਨੇ ਮੇਰੀਆਂ ਭੈਣਾਂ ਨੇ ਨਿੱਕੀ ਜਿਹੀ ਰਿਕੁਐਸਟ ਏ ਬੀ ਸੀ ਪੰਜਾਬੀ ਮੋਟਰ ਲਾਈਵ ਦਿੱਤਾ ਕਿ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ, ਉਸ ਤੇ ਅਸੀਂ ਗੇਮਿੰਗ ਰੈਕਸ਼ਨ ਦੇ ਬਲੌਗ ਵਾਲੀਆਂ ਵੀਡੀਓ ਲੈ ਕੇ ਆ ਰਹੇ ਹਾਂ। ਜੇ ਹੋ ਸਕਿਆ ਤਾਂ ਉਸ ਚੈਨਲ ਨੂੰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।